ਸਤਿਕਾਰ ਤੁਸੀਂ ਵੇਖ ਰਹੇ ਹੋ ਇਵਨ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੀਤਾ ਸ਼ਰਮਾ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਪਟਿਆਲਾ ਵਿਖੇ ਅਕਾਲੀ ਦਲ ਵਰਕਰਾਂ ਵੱਲੋਂ ਮਠਾਈ ਵੰਡ ਮਨਾਇਆ ਗਿਆ ਜਸ਼ਨ। ਕੁਰਾਲੀ ਵਿਖੇ ਆਪ ਨੇਤਾ ਅਨਮੋਲ ਗਗਨ ਮਾਨ ਦਾ ਕੀਤਾ ਗਿਆ ਵਿਰੋਧ। ਲੁਧਿਆਣਾ ਵਿਖੇ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਵਿੱਚ ਲੱਗੇ ਬੈਨਰ। ਹਰਿਆਣਾ ਵਿਖੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਖੁੱਲੇ ਸਕੂਲ। ਲੁਧਿਆਣਾ ਦੇ ਸਿਰਵਾ ਨਹਿਰ ਵਿੱਚੋਂ 3 ਲਾਸ਼ਾਂ ਹੋਈਆਂ ਬਰਾਮਦ। ਧਾਗਾ ਮਿਲ ਵਿੱਚ ਡਿਊਟੀ ਦੌਰਾਨ ਮਜ਼ਦੂਰ ਦੀ ਮੌਤ ਹੋ ਜਾਣ ਤੇ ਭੜਕੇ ਪਰਿਵਾਰਿਕ ਮੈਂਬਰਾਂ ਨੇ ਲਗਾਇਆ ਧਰਨਾ। ਬਰਨਾਲਾ ਵਿਖੇ ਮਨਰੇਗਾ ਮਜ਼ਦੂਰਾਂ ਦੁਆਰਾ ਕੀਤਾ ਗਿਆ ਰੋਸ ਪ੍ਰਦਰਸ਼ਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਪਟਿਆਲਾ ਵਿਖੇ ਅਕਾਲੀ ਦਲ ਵਰਕਰਾਂ ਵੱਲੋਂ ਮਠਾਈਆਂ ਵੰਡ ਜਸ਼ਨ ਮਨਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2022 ਦੀਆਂ ਚੋਣਾਂ ਸੰਬੰਧੀ ਕੀਤੇ ਗਏ ਐਲਾਨ ਦੀ ਖੁਸ਼ੀ ਵਿੱਚ ਇਹ ਜਸ਼ਨ ਮਨਾਇਆ ਗਿਆ। ਅੱਜ ਪੂਰੇ ਪੰਜਾਬ 'ਚ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ। ਜੋ ਕੁਛ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਜਿਹੜਾ 2022 'ਚ ਸਰਕਾਰ ਬਣਨ 'ਤੇ ਅਨਾਊਂਸਮੈਂਟ ਕੀਤੀ ਸੀ ਵੀ ਅਸੀਂ ਜਿਹੜਾ ਡਿਪਟੀ CM ਬਣਾਵਾਂਗੇ ਦਲਿਤ ਸਮਾਜ 'ਚੋਂ ਬਣਾਵਾਂਗੇ। ਔਰ ਜਿਹੜਾ ਕੱਲ੍ਹ ਦਾ ਦਿਨ ਚੜ੍ਹਿਆ ਮੈਂ ਸਮਝਦਾ ਬਹੁਤ ਹੀ ਭਾਗਾਂ ਵਾਲਾ ਦਿਨ ਚੜ੍ਹਿਆ ਪੰਜਾਬ ਲਈ। ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਪੰਜਾਬ ਦੀ ਅਮਨ ਸ਼ਾਂਤੀ ਲਈ, ਪੰਜਾਬ ਦੇ ਸਾਰੇ ਧਰਮਾਂ ਨੂੰ ਜੋੜ ਕੇ ਰੱਖਣ ਲਈ ਜੋ ਪੋਲਿਸੀਜ਼ ਉਹ ਪੰਜਾਬ ਦੇ ਹਰ ਵਰਗ ਨੂੰ ਨਾਲ ਲੈ ਕੇ, ਚਾਹੇ ਹਿੰਦੂ ਹੈ, ਚਾਹੇ ਦਲਿਤ ਹੈ, ਚਾਹੇ ਸਿੱਖ ਹੈ, ਚਾਹੇ ਕੋਈ ਹੋਰ ਕੌਮ ਤੋਂ ਹੈ, ਚਾਹੇ ਮੁਸਲਿਮ ਹੈ, ਸਭ ਨੂੰ ਨਾਲ ਲੈ ਕੇ ਚੱਲਦੇ ਸੀ। ਅੱਜ ਉਸੇ ਕਦਮਾਂ ਦੇ ਚੱਲਦੇ ਹੋਏ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਜਿਹੜਾ ਕੱਲ੍ਹ ਅਨਾਊਂਸ ਕੀਤਾ ਵੀ ਦੂਜਾ ਜਿਹੜਾ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਉਹ ਹਿੰਦੂ ਸਮਾਜ 'ਚ ਬਣਾਵਾਂਗੇ। ਕੁਰਾਲੀ ਵਿਖੇ ਆਪ ਨੇਤਾ ਅਨਮੋਲ ਗਗਨ ਮਾਨ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਸਪਾ ਤੇ ਅਕਾਲੀ ਦਲ ਵਰਕਰਾਂ ਵੱਲੋਂ ਅਨਮੋਲ ਗਗਨ ਮਾਨ ਦਾ ਪੁਤਲਾ ਫੂਕ ਕੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ। ਅੱਜ ਅਸੀਂ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਅਸੀਂ ਜੋ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਮੁਖੀ ਹੈ ਉਹਦਾ ਪੁਤਲਾ ਫੂਕ ਕੇ ਰੋਸ ਜ਼ਾਹਰ ਕਰ ਰਹੇ, ਉਹਦੇ ਕਾਰਜਕਰਤਾ ਅਨਮੋਲ ਗਗਨ ਮਾਨ ਜਿਨ੍ਹਾਂ ਨੇ 2 ਦਿਨ ਪਹਿਲਾਂ ਸੰਵਿਧਾਨ ਦੇ ਪ੍ਰਤੀ ਭੱਦੀ ਸ਼ਬਦਾਵਲਾ ਵਰਤੀ ਹੈ, ਸ਼ਬਦਾਵਲੀ ਵਰਤੀ ਹੈ, ਔਰ ਅਸੀਂ ਉਹਦੀ ਪੁਰਜਰ ਸ਼ਬਦਾਂ 'ਚ ਨਿੰਦਿਆ ਕਰਦੇ ਹਾਂ। ਕੱਲ੍ਹ ਵੀ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਾਂਝੇ ਤੌਰ 'ਤੇ 117 ਵਿਧਾਨ ਸਭਾ 'ਚ ਉਹਨਾਂ ਦੇ ਪੁਤਲੇ ਫੂਕ ਕੇ ਮੰਗ ਕੀਤੀ ਹੈ ਕਿ ਇਹਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਔਰ ਇਹਦੇ ਵਰਖਿਲਾਫ਼ ਦੇਸ਼ ਧਰੋਹ ਦਾ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਅੰਦਰ ਸੁੱਟਣਾ ਚਾਹੀਦਾ। ਅਗਰ ਆਮ ਆਦਮੀ ਪਾਰਟੀ ਇਸ ਮੰਗਾਂ ਬਾਰੇ ਗੌਰ ਨਾ ਕਰਦੀ ਹੋਈ ਨਾ ਕਰਿਆ ਤਾਂ ਅਸੀਂ 20 ਤਰੀਕ ਨੂੰ ਜੋ ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ ਜੀ ਹੈ ਉਹਨਾਂ ਦੇ ਇਹ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਇਹ ਬਹੁਤ ਜ਼ਰੂਰੀ ਸੀ ਅਤੇ ਬਹੁਤ ਸਾਡੀ ਜਿਹੜੀ ਪਾਰਟੀਆਂ ਦੋਨਾਂ ਦੇ ਮਿਲ ਕੇ ਸਾਡਾ ਗੱਠਜੋੜ ਹੋਇਆ। ਇਹ ਤਾਂ ਸਗੋਂ ਸਾਨੂੰ ਦੋਨਾਂ ਪਾਰਟੀਆਂ ਨੂੰ ਨਹੀਂ, ਇਹ ਤਾਂ ਪੂਰੇ ਪੰਜਾਬ ਨੂੰ ਰੋਸ ਕਰਨਾ ਚਾਹੀਦਾ ਕਿਉਂਕਿ ਪੰਜਾਬ ਨੂੰ ਵੀ ਨਹੀਂ ਭਾਰਤ ਨੂੰ ਕਰਨਾ ਚਾਹੀਦਾ ਕਿਉਂਕਿ ਜਿਹੜਾ ਇਹ ਸੰਵਿਧਾਨ ਹੈਗਾ ਇਹ ਬਾਬਾ ਜੀ ਨੇ। ਲੁਧਿਆਣਾ ਵਿਖੇ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਵਿੱਚ ਪੋਸਟਰ ਲਗਾਏ ਗਏ ਨੇ। ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਜਸਰਾਜ ਸਿੰਘ ਗਰੇਵਾਲ ਵੱਲੋਂ ਇਹ ਬੈਨਰ ਲਗਾ ਕੇ ਨਵਜੋਤ ਸਿੰਘ ਸਿੱਧੂ ਨੂੰ ਬੱਬਰ ਸ਼ੇਰ ਆਖਿਆ ਗਿਆ। ਮੈਂ ਬੋਰਡ ਲਾਇਆ ਜੀ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਜੀ ਦਾ, ਉਹ 'ਚ ਲਿਖਿਆ ਹੋਇਆ ਬੱਬਰ ਸ਼ੇਰ ਇੱਕ ਹੀ ਹੁੰਦਾ ਹੈ। ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਵੀ ਇੰਨੇ ਕੁ ਮਾੜੇ ਹਾਲਾਤ ਕਰਤੇ ਪੰਜਾਬ ਦੇ ਵੀ ਪੰਜਾਬ ਸਾਡਾ ਇੱਕ ਸੋੜੀਆਂ ਦੀ ਸੋਨੇ ਦੀ ਚਿੜੀਆਂ ਕਿਹਾ ਜਾਂਦਾ ਸੀਗਾ ਪਹਿਲਾਂ, ਵੀ ਅੱਜ ਦੇ ਹਾਲਾਤ ਇੰਨੇ ਮਾੜੇ ਕਰਤੇ ਗਏ, 3 ਲੱਖ ਕਰੋੜ ਦਾ ਕਰਜ਼ਾ ਪੰਜਾਬ 'ਤੇ ਚੜ੍ਹ ਗਿਆ। ਵੀ ਉਹਨੂੰ ਦੇਖਦੇ ਹੋਏ ਮੈਂ ਲਾਇਆ ਵੀ ਇਹ ਬੱਬਰ ਸ਼ੇਰ ਨੂੰ ਤੁਹਾਨੂੰ ਪੰਜਾਬ 'ਚ ਲਿਆਉਣਾ ਚਾਹੀਦਾ ਅਤੇ ਲੈ ਕੇ ਆਓ ਤਾਂ ਕਿ ਅਗਰ ਪੰਜਾਬ ਦੇ ਹਾਲਾਤ ਵਧੀਆ ਬਣਾਉਣੇ ਆ, ਬੇਰੁਜ਼ਗਾਰੀ ਖਤਮ ਕਰਨੀ ਹੈ, ਵੀ ਲੋਕਾਂ ਨੂੰ ਰੁਜ਼ਗਾਰ ਦੇਣਾ, ਮੁੰਡਿਆਂ ਨੂੰ ਰੁਜ਼ਗਾਰ ਦੇਣਾ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਨੂੰ ਰੋਕਣਾ, ਪੰਜਾਬ ਨੂੰ ਖੁਸ਼ਹਾਲ ਬਣਾਉਣਾ, ਤਾਂ ਨਵਜੋਤ ਸਿੰਘ ਸਿੱਧੂ ਹੀ ਚਾਹੀਦਾ, ਹੋਰ 25-75 ਵਾਲੇ ਹਿੱਸੇ ਵਾਲੇ ਨਹੀਂ ਚਾਹੀਦੇ ਸਾਨੂੰ। ਹਰ ਇੱਕ ਪੰਜਾਬ ਦਾ ਬੰਦਾ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਲੈ ਕੇ ਆਓ, ਪੜ੍ਹਿਆ ਲਿਖਿਆ ਸੂਝਵਾਨ ਇਮਾਨਦਾਰ ਆਹੀ ਬੰਦੇ ਚਾਹੀਦੇ ਆ, ਵੀ ਉਹ ਚੋਰ ਚਕਾਰੀ ਵਾਲੇ ਨਹੀਂ, ਮਾਫੀਆ ਰਾਜ ਨਹੀਂ ਚਾਹੀਦਾ ਜਿਹੜੇ ਪੰਜਾਬ ਨੂੰ ਲੁੱਟ ਕੇ ਖਾ ਗਏ ਅੱਜ। ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੇ ਪੰਜਾਬ ਦੇ MLA ਨੇ, ਮਿਨਿਸਟਰ ਰਹੇ ਨੇ। ਜਿਹੜਾ ਵੀ ਕੋਈ ਫੈਸਲਾ ਸਾਡੀ ਹਾਈ ਕਮਾਂਡ ਲੈਂਦੀ ਹੈ, ਮਾਨਯੋਗ ਸੋਨੀਆ ਗਾਂਧੀ ਜੀ, ਪ੍ਰਿਯੰਕਾ ਜੀ, ਰਾਹੁਲ ਜੀ, ਉਹ ਸਮੁੱਚੀ ਕਾਂਗਰਸ ਨੂੰ ਮਨਜ਼ੂਰ ਹੋਏਗਾ। ਜਿੱਥੋਂ ਤੱਕ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਸੰਬੰਧ ਹੈ, ਜੇ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ, ਸਮੁੱਚੀ ਕਾਂਗਰਸ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਕੰਮ ਕਰੇਗੀ। ਅੱਛਾ ਸਰ, ਕੈਪਟਨ ਇੱਕ ਹੀ ਹੁੰਦਾ? ਦੇਖੋ ਇਹਦੇ ਵਿੱਚ ਕਿਹੜੀਆਂ ਦੋ ਰਾਵਾਂ ਨੇ, ਕਿਹੜੀ ਟੀਮ 'ਚ ਕੈਪਟਨ ਦੋ ਹੁੰਦੇ ਨੇ?
वाइस कैप्टन तो होंगे कैप्टन तो एक ही होंगे। सर अज लुधियाना शहर पोस्टर लगे ने बब्बर शेर सिद्धू, देखो ये जेडे पोस्टर की जी है ना, मैं इस राजनीति नहीं पैना चाहता। हर बंदे की एक अपनी इंडिविजुअलिटी है, किसी की कोई लाइकिंग है, किसी की कोई लाइकिंग है। सो ये पोस्टर वार के उत्ते मैं किसी तरह का भी कोई कमेंट नहीं करना चाहता। हरियाणा विखे 9वीं तो 12वीं जमात के विद्यार्थियों के स्कूल खुल चुके हैं। इस मौके स्कूल आए विद्यार्थियों में खुशी की लहर वेखन को मिली है। सर जो ऑनलाइन कभी कभार दिक्कत आती थी और अच्छे से हम स्टडी नहीं कर पाते थे, आज स्कूल में आके अच्छा लग रहा है। पहले घर पे ढंग से पढ़ाई नहीं हो रही थी, एक रूटीन सा भी नहीं बन रहा था कि एकदम। सर बहुत अच्छा लग रहा है सर, घर पर आकर सर पढ़ाई भी नहीं अच्छी हो रही थी और सर ऑनलाइन तो काम बस ऐसे ही हो रहा था सर। गवर्नमेंट सीनियर सेकेंडरी स्कूल कैथल प्रधानाचार्य के पद पर कार्यरत हूँ। आज दिनांक 16/7/2021 को शिक्षा विभाग के द्वारा स्कूल खुलने के आदेश प्राप्त हुए हैं। लुधियाना दे सिद्धवा नहर विचों 3 लाशां बरामद कीतियां गईयां ने। पुलिस द्वारा लाशां नूं कब्जे विच लै के कार्रवाई शुरू की गई है, जिन्हां विचों हुण तक 2 मृतकां दी शनाख्त हो चुकी है। अज सानूं गिल नहरी तों 3 डेड बॉडियां मिलियां सी, जिन्हां विचों एक जुगल किशोर नाम दा व्यक्ति सी जिहड़ा ईसर नगर पुली ते चाह दी दुकान करदा सी। उहदी भैण चंद्रकांता दे बयान ते 174 दी कार्रवाई अमल च लैंदी है। ते उस तों बाद एक बजुर्ग दी डेड बॉडी मिली है, उहदी उम्र होगी कोई 60-62 साल, उहदी अजे शनाख्त नहीं हो सकी। उहदी डेड बॉडी असीं डेलों मोर्चरी च रखवाई है 72 घंटे शनाख्त लई। ते एक बच्चे 10 साल दे दी डेड बॉडी मिली सी जिहदी हुण शनाख्त हो गई है, उहदा नाम है कृष्णा सन ऑफ रविंदर सिंह, वासी आजाद नगर गली नंबर 4 ढाबे का। उहदे संबंधी उहदी जिहड़ी डेड बॉडी इस टाइम गरेवाल होस्पिटल पई है, उहदी कार्रवाई लई असीं ढाबा थाने दे मुंशी नूं नोट कराता, उह अगली कार्रवाई उहदी कर रहे ने। अननोन दी शनाख्त होण तों बाद असीं अपनी कार्रवाई करांगे। पिंड जीवन सिंह वाला दी धागा फैक्ट्री विच ड्यूटी दौरान एक मजदूर दी मौत हो जाण दा मामला सामने आया। इस मौके मृतक के परिवारिक मैंबरां वल्लों फैक्ट्री के गेट से धरना प्रदर्शन किया जा रहा है। तो वधिया काम से आए हैं, 4:30 घरों चलते होंगे, तो 8:30 घर वग जाते हैं। कोई वधिया ठीक ठाक से, कोई ऐ नहीं सी, कोई बीमारी नहीं, वधिया हसदे खेडदे। ਸਾਨੂੰ ਤਾਂ 8 ਵਜੇ ਪਤਾ ਲੱਗਿਆ ਜੀ ਕੀ ਬਣਿਆ ਇਹਦੇ ਨਾਲ, ਅਸੀਂ ਤਾਂ ਮੁੱਕੇ ਤੋਂ ਹੀ ਗਏ ਹਾਂ, ਆਪੇ ਹੀ ਲੈ ਗਏ ਇੱਥੋਂ ਜਾ ਕੇ। ਲਾਸ਼ ਦੀ ਤੁਹਾਡੇ ਪਿੰਡ ਲੈ ਗਏ ਸੀ, ਕਰੇ ਲੈ ਗਏ ਸੀ? ਨਾ, ਹਸਪਤਾਲ 'ਚ ਸੱਦ ਲਏ ਸਾਨੂੰ ਪਿੰਡ। ਅੱਛਾ ਜੀ। ਸਾਡੇ ਜਾਂਦੇ ਤਾਂ ਮੁੱਕਿਆ ਪਿਆ ਸੀ। ਵੀ ਕੀ ਨਾਂ ਤੁਹਾਡਾ? ਮੇਰਾ ਨਾਂ ਤਾਂ ਮਾਇਆ ਦੇਵੀ ਹੈ। ਕੀ ਗੱਲ ਹੋਈ ਹੈ ਸਾਰੀ, ਪਤਾ ਕੋਈ ਨਹੀਂ ਲੱਗਿਆ ਜੀ, ਮੈਂ ਤਾਂ ਘਰੇ ਹੀ ਨਹੀਂ ਸੀ, ਸਾਨੂੰ ਤਾਂ ਮੁੱਕੇ ਤੋਂ ਹੀ ਦੱਸਿਆ, ਜਿਹਨੂੰ ਆਪ ਹੀ ਲੈ ਗਏ ਇੱਥੋਂ ਪਾ ਕੇ ਗੱਡੀ 'ਚ, ਪਤਾ ਨਹੀਂ ਕੀ ਭਾਣਾ ਵਰਤਿਆ ਇਹਦੇ ਨਾਲ, ਸਾਨੂੰ ਕੋਈ ਪਤਾ ਨਹੀਂ। ਕੰਮ ਕਰਦਾ ਸੀ ਮਾਤਾ ਜੀ? ਆਹ ਫੈਕਟਰੀ 'ਚ ਇੱਥੇ। ਕਿੰਨਾ ਚਿਰ ਹੋ ਗਿਆ? ਰੋਜ਼ ਆਉਂਦਾ ਜੀ? ਚੰਗਾ ਠੀਕ ਠਾਕ। 2.5 ਸਾਲ ਹੋ ਗਿਆ ਸੀ, 3 ਸਾਲ ਹੀ ਹੋ ਗਏ ਲੱਗੇ ਨੂੰ ਇੱਥੇ, ਪਹਿਲਾਂ ਥਰਮਲ 'ਚ ਸੀ ਹੁੰਦਾ, ਫਿਰ ਇੱਥੇ ਲੱਗ ਗਿਆ ਸੀ। ਮੈਂ ਜਗਦੇਵ ਸਿੰਘ ਜੋਗੜਾ ਜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹ ਦਾ ਜ਼ਿਲ੍ਹੇ ਦਾ ਆਗੂ ਹਾਂ ਮੈਂ। ਜਗਦੇਵ ਸਿੰਘ ਕੀ ਗੱਲ ਹੋਈ ਹੈ, ਧਰਨਾ ਲਾਇਆ, ਲਾਸ਼ ਰੱਖੀ ਹੋਈ ਹੈ, ਕੀ ਘਟਨਾ ਵਾਪਰੀ ਹੈਗੀ? ਫੈਕਟਰੀ ਦੇ ਅੰਦਰ ਜਿਹੜੀ ਲੇਬਰ ਕੰਮ ਕਰਦੀ ਹੈ, ਬੰਦੇ ਕੰਮ ਕਰਦੇ ਆ, ਇਹ ਚਹਿਲਾਂ ਵਾਲੀ ਤੋਂ ਸੀ ਕਿਸਾਨ, ਇਹ ਜਦੋਂ ਇਹਦੇ ਅੰਦਰ ਹਾਦਸਾ ਵਾਪਰਿਆ 5:30 ਦੱਸਦੇ ਇਹ। ਬਰਨਾਲਾ ਵਿਖੇ ਮਨਰੇਗਾ ਮਜ਼ਦੂਰਾਂ ਦੁਆਰਾ ਰੋਸ ਪ੍ਰਦਰਸ਼ਨ ਕੀਤਾ ਗਿਆ। ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਦੁਆਰਾ ਬਰਨਾਲਾ DC ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ। ਸਰ ਮੇਰਾ ਨਾਮ ਹੈ ਮਰਸੇਗਾ, ਮੈਂ ਸੂਬਾ ਵਿੱਤ ਸਕੱਤਰ ਹੈਗਾ। ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਜ਼ਿਲ੍ਹਾ ਲੈਵਲ 'ਤੇ ਸਾਡਾ, ਉਹ ਸੂਬਾ ਕਮੇਟੀ ਦੇ ਸੱਦੇ ਦੇ ਉੱਤੇ ਅਸੀਂ ਕੈਪਟਨ ਸਰਕਾਰ ਦੇ ਜਿਹੜੇ ਝੂਠੇ ਵਾਅਦੇ ਕੀਤੇ ਗਏ ਸੀ, ਝੂਠੇ ਲਾਰੇ ਲਾਏ ਗਏ ਸੀ ਆਮ ਪਬਲਿਕ ਨੂੰ, ਭਾਵੇਂ ਕਿ ਉਹਨਾਂ 'ਚ ਠੇਕੇ ਮੁਲਾਜ਼ਮ ਆਉਂਦੇ ਨੇਗੇ, ਉਹ ਝੂਠੇ ਲਾਰੇ ਵਾਅਦਿਆਂ ਦੀ ਪੰਡ ਹੈ ਜਿਹੜੀ, ਉਹ ਅੱਜ ਅਸੀਂ ਫੂਕੀ ਹੈ ਸਦਰ ਮੁਕਾਮਾਂ 'ਤੇ। ਇਹ ਪੂਰੇ ਪੰਜਾਬ ਦੇ ਵਿੱਚ ਅੱਜ ਦਾ ਪ੍ਰੋਗਰਾਮ ਸੀਗਾ ਜ਼ਿਲ੍ਹਾ ਸਦਰ ਪ੍ਰੋਗਰਾਮਾਂ ਦੇ ਉੱਤੇ ਝੂਠੇ ਲਾਰਿਆਂ ਦੀ ਪੰਡ ਫੂਕਣ ਦਾ। ਮੇਰਾ ਨਾਂ ਗੁਰਦੀਪ ਦਾਸ, ਜ਼ਿਲ੍ਹਾ ਪ੍ਰਧਾਨ ਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਬਰਨਾਲਾ। ਅਸੀਂ ਅੱਜ ਜਿਹੜਾ ਅੱਜ ਦੇ ਪ੍ਰੋਗਰਾਮ ਕਰੇ ਆ, ਇਹ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਸਾੜੀ ਹੈ, ਜਿਹਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਹੋਰਾਂ ਵਰਗਾਂ ਨਾਲ ਕੀਤੇ ਸੀ, ਮੁਲਾਜ਼ਮਾਂ ਨੇ ਕੀਤੇ ਸੀ, ਮੁਲਾਜ਼ਮਾਂ ਨੇ ਕੀਤਾ, ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ। ਜਿੱਥੋਂ ਤੱਕ ਸਾਡੀ ਗੱਲ ਹੈ, ਅਸੀਂ ਨਰੇਗਾ ਮੁਲਾਜ਼ਮ ਪਿਛਲੇ 14-15 ਸਾਲਾਂ ਤੋਂ ਲਗਾਤਾਰ ਪੰਚਾਇਤੀ ਵਿਭਾਗ ਵਿੱਚ ਕੰਮ ਕਰਦੇ ਆ ਰਹੇ ਹਾਂ। ਸਾਡੀ ਜਿਹੜੀ ਪ੍ਰੋਪਰ ਚੈਨਲ ਭਰਤੀ ਹੋਈ ਆ, ਸੈਂਟਰ ਸਰਕਾਰ ਤੋਂ ਸਾਨੂੰ ਕੰਟਨਜੈਂਸੀ ਰਾਹੀਂ ਤਨਖਾਹ ਮਿਲਦੀ ਹੈ, ਜਿਸਦਾ ਪੰਜਾਬ ਸਰਕਾਰ 'ਤੇ ਕਿਸੇ ਕਿਸਮ ਦਾ ਕੋਈ ਬੋਝ ਨਹੀਂ। ਇਹ ਸੀ ਅੱਜ ਦੀਆਂ ਮੁੱਖ ਖਬਰਾਂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ, ਤਦ ਤੱਕ ਵੇਖਦੇ ਰਹੋ ਏਵਨ ਪੰਜਾਬੀ TV ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਫ੍ਰੀ ਲੀਫ ਆਯੁਰਵੈਦਿਕ ਓਇਲ,
125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ ਸਰਵਾਈਕਲ ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਓਇਲ ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087